14 ਸਾਲ ਦੀ ਉਮਰ ਦੇ ਵਿੱਚ ਮਹਿਜ਼ ਇਸ ਬੱਚੇ ਦੇ 56 ਇੰਚ ਜਿਹੜੇ ਬਾਲ ਨੇ ਇਸ ਵੇਲੇ ਨੇ, ਔਰ ਅਸੀਂ ਤੁਹਾਨੂੰ ਕੈਮਰੇ ਦੇ ਸਾਹਮਣੇ ਦਿਖਾਵਾਂਗੇ ਕਿ ਇਹਨਾਂ ਨੇ ਜਿਹੜੇ ਬਾਲ ਨੇ ਕਿਸ ਤਰ੍ਹਾਂ ਉਹਦੀ ਸਾਂਭ ਸੰਭਾਲ ਕੀਤੀ। ਮੈਮ ਇਹ ਦੱਸੋ ਤੁਸੀਂ ਵੀ ਬੱਚੇ ਨੇ ਅੱਜ ਤੱਕ 14 ਸਾਲ ਦਾ ਹੋ ਗਿਆ, ਕਦੇ ਜਿਹੜੀ ਕੈਂਚੀ ਆ ਉਹ ਲਗਾਈ ਨਹੀਂ ਹੈ? ਨਹੀਂ ਜੀ, ਨਹੀਂ ਜੀ ਲਗਾਈ। ਬਾਕੀ ਸਾਡਾ ਗੁਰਸਿੱਖ ਪਰਿਵਾਰ ਹੈ ਜੀ, ਅਤੇ ਉਸ ਕਰਕੇ ਅਸੀਂ ਇਹਨੂੰ ਸਿੱਖੀ ਲੈਣ ਦੇ ਵਿੱਚ ਹੀ ਰੱਖਣਾ ਚਾਹੁੰਦੇ ਹਾਂ। ਹਾਂਜੀ, ਬਾਕੀ ਇਹਨੂੰ ਬਹੁਤ ਸ਼ੌਂਕ ਹੈ ਆਪਦੇ ਬਾਲਾਂ ਦੀ ਕੇਅਰ ਕਰਨ ਦਾ, ਜਿਸ ਤਰ੍ਹਾਂ ਇਹ ਆਪਦਾ ਕੇਅਰ ਬਹੁਤ ਧਿਆਨ ਰੱਖਦੇ ਆ ਆਪਦੇ ਬਾਲਾਂ ਦਾ। ਹਾਂਜੀ। ਅੱਛਾ, ਕਿਸ ਤਰ੍ਹਾਂ ਕੇਅਰ ਕਰਦੇ ਹੋ ਤੁਸੀਂ? ਜੂੜਾ ਜਿਹੜਾ ਕਟਾ ਲੈਂਦੇ ਨੇ, ਉਹ ਕਹਿੰਦੇ ਵੀ ਸਾਡੇ ਤੋਂ ਨਹੀਂ ਸੰਭਾਲ ਹੁੰਦੀ, ਸਾਨੂੰ ਗਰਮੀ ਲੱਗਦੀ ਹੈ, ਸਾਨੂੰ ਜ਼ਿਆਦਾ ਭਾਰ ਲੱਗਦਾ ਸਿਰ 'ਤੇ। ਨਹੀਂ ਜੀ, ਇਹਦਾ ਕੋਈ ਉਹ ਹੈ ਨਹੀਂ ਗੀ, ਤਕਲੀਫ ਵਗੈਰਾ ਕਈ ਹੁੰਦੇ ਆ ਵੀ ਫੁੰਸੀਆਂ ਵਗੈਰਾ ਕਹਿ ਦਿੰਦੇ ਆ, ਕੁਛ ਨਹੀਂ ਹੁੰਦਾ ਇਹੋ ਜਿਹੀਆਂ ਚੀਜ਼ਾਂ, ਖੁਦ ਸਾਂਭਣਾ ਚਾਹੀਦਾ ਹੁੰਦਾ। ਵੀ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈਗਾ, ਬੱਚੇ ਕੇਸ ਕਟਾ ਦਿੰਦੇ ਨੇ, ਹੈ ਨਾ, ਰੱਖਦੇ ਨਹੀਂ ਹੈਗੇ, ਜੂੜਾ ਨਹੀਂ ਰੱਖਦੇ ਹੈਗੇ, ਔਰ ਖਾਸ ਕਰਕੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਉਦੋਂ ਤਾਂ ਪਹਿਲਾਂ ਕੰਮ ਹੀ ਇਹ ਕਰਦੇ ਨੇ ਵੀ ਅਸੀਂ ਆਪਦਾ ਜੂੜਾ ਕਟਾਈਏ। ਤਾਂ ਤੁਹਾਡੇ ਬੱਚੇ ਦੇ ਕਾਫੀ ਸੋਹਣੇ ਬਾਲ ਹੈ, ਜਿਹੜੀ ਮੇਨਟੇਨੈਂਸ ਆ ਉਹਨਾਂ ਦੀ ਕਾਫੀ ਅੱਛੀ ਕੀਤੀ ਹੋਈ ਹੈ, ਤੁਸੀਂ ਇਹਦੇ 'ਤੇ ਕੀ ਕਹਿ ਰਹੇ? ਨਹੀਂ ਮੈਡਮ ਜੀ, ਇਹਨਾਂ ਨੂੰ ਸ਼ੁਰੂ ਤੋਂ ਹੀ ਅਸੀਂ ਇਸ ਲਾਈਨ ਦੇ ਵਿੱਚ ਪਾਇਆ ਜੀ, ਬਚਪਨ ਦੇ ਵਿੱਚ ਇਹਨਾਂ ਜੂੜਾ ਰੱਖਿਆ ਹੋਇਆ, ਕੋਈ ਕੈਂਚੀ ਨਹੀਂ ਲਵਾਈ ਜੀ। ਇੱਕ 2 ਸਾਲ ਪਹਿਲਾਂ ਇਹ ਜਪੁਜੀ ਸਾਹਿਬ ਦਾ ਪਾਠ ਕਰ ਲੈਂਦੇ ਸੀਗੇ, ਰਹਿ ਰਸ ਦਾ ਪਾਠ ਕਰਨ ਵੀ 2 ਸਾਲ ਪਹਿਲਾਂ ਲੱਗ ਗਏ ਸੀਗੇ ਜੀ। ਹਾਂਜੀ, ਗੁਰਸਿੱਖੀ ਬਾਰੇ ਇਹਦੇ ਬਾਰੇ ਵੀ ਇਹਨਾਂ ਨੂੰ ਗਿਆਨ ਹੈਗਾ, ਕਿਉਂ ਸਾਡਾ ਸਾਰਾ ਪਰਿਵਾਰ ਹੀ ਗੁਰਸਿੱਖ ਆ ਜੀ, ਅਤੇ ਉਹਦਾ ਕਰਕੇ ਇਹਨਾਂ ਨੂੰ ਸਾਡੇ ਸਾਰੇ ਬੱਚਿਆਂ ਦੀ ਕੇਸ ਰੱਖੇ ਹੋਏ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ 'ਤੇ, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਅੱਜ ਤੁਹਾਨੂੰ ਇੱਕ ਅਸੀਂ ਸਮਾਲ ਪੈਕੇਟ ਅਤੇ ਬਿਗ ਸਰਪ੍ਰਾਈਜ਼ ਦੇ ਨਾਲ ਮਿਲਾਉਣ ਜਾ ਰਹੇ ਹਾਂ। ਸਾਡੇ ਨਾਲ ਇੱਕ ਬੱਚਾ ਮੌਜੂਦ ਹੈ ਜੋ ਬਠਿੰਡਾ ਜ਼ਿਲ੍ਹੇ ਦੇ ਤੁੰਗ ਵਾਲੇ ਪਿੰਡ ਦਾ, ਔਰ ਇਸ ਬੱਚੇ ਦੀ ਖਾਸੀਅਤ ਇਹ ਹੈ ਕਿ ਇਸ ਬੱਚੇ ਦੇ ਜਿਹੜੇ ਕੇਸ ਨੇ, ਦਸਤਾਰਧਾਰੀ ਇਹ ਬੱਚਾ ਹੈ, ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ। 14 ਸਾਲ ਦੀ ਉਮਰ ਦੇ ਵਿੱਚ ਮਹਿਜ਼ ਇਸ ਬੱਚੇ ਦੇ 56 ਇੰਚ ਜਿਹੜੇ ਬਾਲ ਨੇ ਇਸ ਵੇਲੇ ਨੇ, ਔਰ ਅਸੀਂ ਤੁਹਾਨੂੰ ਕੈਮਰੇ ਦੇ ਸਾਹਮਣੇ ਦਿਖਾਵਾਂਗੇ ਕਿ ਇਹਨਾਂ ਨੇ ਜਿਹੜੇ ਬਾਲ ਨੇ ਕਿਸ ਤਰ੍ਹਾਂ ਉਹਦੀ ਸਾਂਭ ਸੰਭਾਲ ਕੀਤੀ। ਜਿਸ ਤਰ੍ਹਾਂ ਅੱਜ ਕੱਲ੍ਹ ਛੋਟੀ ਛੋਟੀ ਉਮਰਾਂ ਦੇ ਜਿਹੜੇ ਬੱਚੇ ਨੇ ਉਹ ਕੇਸ ਰੱਖਣ ਤੋਂ ਕਤਰਾਉਂਦੇ ਨੇ, ਹਾਲਾਂਕਿ ਜਿਹੜੀ ਸਿੱਖੀ ਦੀ ਖਾਸ ਪਹਿਚਾਣ ਹੈ ਉਹ ਦਸਤਾਰਧਾਰੀ ਜਿਹੜੇ ਪੁਰਸ਼ ਹੁੰਦੇ ਨੇ ਉਹੀ ਉਹਨਾਂ ਦੀ ਪਹਿਚਾਣ ਹੈ, ਪਰ ਇਸ ਬੱਚੇ ਦੇ ਬਾਲ ਜਿਹੜੇ ਨੇ ਪੂਰੀ ਇਹਨਾਂ ਦੇ ਉੱਪਰ ਮਿਹਰ ਹੈ ਪਰਮਾਤਮਾ ਦੀ। ਔਰ ਮੈਂ ਤੁਹਾਨੂੰ ਕਹੂੰਗੀ ਰਾਜੇ, ਤੁਸੀਂ ਖੋਲ੍ਹ ਕੇ ਦਿਖਾਓ ਬਾਲ, ਔਰ ਆਪਾਂ ਕੈਮਰੇ ਦੇ ਸਾਹਮਣੇ ਜਿਹੜਾ ਹੈਗਾ ਮੇਅਰਮੈਂਟ ਕਰਾਂਗੇ ਤਾਂ ਕਿ ਕਿਸੇ ਨੂੰ ਕੋਈ ਡਾਊਟ ਨਾ ਹੋਵੇ ਕਿ ਇਹ ਝੂਠ ਬੋਲਦੇ ਨੇ। ਸੋ ਤੁਸੀਂ ਆਪਣੇ ਬਾਲ ਜਿਹੜੇ ਨੇ ਉਹ ਖੋਲ੍ਹ ਕੇ ਦਿਖਾਓ, ਔਰ ਇਹ ਦੱਸੋ ਵੀ ਜਿਹੜੀ ਇਹਨਾਂ ਦੀ ਕੇਅਰ ਹੈ, ਦੇਖੋ ਕਮਾਲ ਕਮਾਲ ਕਰਤੀ ਜੀ, ਦੇਖੋ ਕਿੰਨੇ ਲੰਬੇ ਬਾਲ ਨੇ, ਹਜੇ ਥੋੜ੍ਹੀ ਓਇਲਿੰਗ ਕੀਤੀ ਹੋਈ ਹੈਗੀ ਬਾਲਾਂ ਦੇ ਉੱਪਰ, ਔਰ ਮੇਅਰਮੈਂਟ ਕਰਨਗੇ ਇਹਨਾਂ ਦੇ ਪਿਤਾ ਜੀ ਕੈਮਰੇ ਦੇ ਸਾਹਮਣੇ। ਔਰ ਦੇਖਦੇ ਹਾਂ ਕਿ ਕਹਿੰਦੇ ਨੇ, ਇਹ ਦਾਅਵਾ ਕਰਦੇ ਕਿ 56 ਕਿੰਨੇ ਨੇ ਤੁਸੀਂ ਦੱਸੋ ਮੈਮ? 56 ਇੰਚੀ ਪੂਰੇ 56 ਇੰਚੀ ਬਿਲਕੁਲ ਜੀ। ਤਾਂ ਤੁਸੀਂ ਦੇਖ ਸਕਦੇ ਕਿ ਇੰਚ ਟੇਪ ਦੇ ਨਾਲ ਜਿਹੜਾ ਹੈਗਾ ਮੇਜਰਮੈਂਟ ਕਰ ਰਹੇ ਨੇ, ਔਰ 56 ਇੰਚੀ ਜਿਹੜੇ ਬਾਲ ਨੇ ਇਸ ਬੱਚੇ ਦੇ ਇਸ ਵੇਲੇ ਹੈਗੇ ਨੇ। ਮੈਮ ਇਹ ਦੱਸੋ ਤੁਸੀਂ ਵੀ ਬੱਚੇ ਨੇ ਅੱਜ ਤੱਕ 14 ਸਾਲ ਦਾ ਹੋ ਗਿਆ, ਕਦੇ ਜਿਹੜੀ ਕੈਂਚੀ ਆ ਉਹ ਲਗਾਈ ਨਹੀਂ ਹੈ? ਨਹੀਂ ਜੀ, ਨਹੀਂ ਜੀ ਲਵਾਈ ਨਹੀਂ ਜੀ। ਬਾਕੀ ਸਾਡਾ ਗੁਰਸਿੱਖ ਪਰਿਵਾਰ ਹੈ ਜੀ, ਅਤੇ ਉਸ ਕਰਕੇ ਅਸੀਂ ਇਹਨੂੰ ਸਿੱਖੀ ਲੈਣ ਦੇ ਵਿੱਚ ਹੀ ਰੱਖਣਾ ਚਾਹੁੰਦੇ ਹਾਂ। ਹਾਂਜੀ, ਬਾਕੀ ਇਹਨੂੰ ਬਹੁਤ ਸ਼ੌਂਕ ਹੈ ਆਪਦੇ ਬਾਲਾਂ ਦੀ ਕੇਅਰ ਕਰਨ ਦਾ, ਜਿਸ ਤਰ੍ਹਾਂ ਇਹ ਆਪਦਾ ਕੇਅਰ ਬਹੁਤ ਧਿਆਨ ਰੱਖਦੇ ਆਪਦੇ ਬਾਲਾਂ ਦਾ। ਹਾਂਜੀ,
ਅੱਛਾ, ਬੜੇ ਵਧੀਆ ਵਾਲ ਹੈ ਤੁਹਾਡੇ, ਘਣੇ ਘਣੇ ਕਾਲੇ ਵਾਲ, ਹੈ ਨਾ, ਔਰ ਇੰਨੇ ਲੰਬੇ। ਅੱਛਾ, ਕਿਸ ਤਰ੍ਹਾਂ ਕੇਅਰ ਕਰਦੇ ਹੋ ਤੁਸੀਂ? ਕਲੀਨਿਕ ਪਲੱਸ ਹਫ਼ਤੇ ਤੋਂ ਨਹਾਉਣਾ ਕੇਸੀ। ਅੱਛਾ, ਅਤੇ ਵੈਸੇ ਜ਼ਿਆਦਾ ਟਾਈ ਰੱਖਦੇ ਹੋ, ਮਤਲਬ ਵੈਸੇ ਜ਼ਿਆਦਾ ਉਹ ਕਰਕੇ ਰੱਖਦੇ ਹੋ, ਜੂੜਾ ਕਰਕੇ ਰੱਖਦੇ ਹੋ? ਹਾਂਜੀ। ਪਟਕਾ ਬੰਨਦੇ ਹੋ ਕਿ ਪੱਗ ਵੀ ਬੰਨਦੇ ਹੋ? ਨਹੀਂ, ਪਟਕਾ। ਪਟਕਾ ਬੰਨਦੇ ਹੋ। ਅਤੇ ਮਤਲਬ ਬਚਪਨ ਤੋਂ ਹੀ ਜਿਹੜੀ ਗਰੋਥ ਹੈ ਵਾਲਾਂ ਦੀ ਉਹ ਵਧੀਆ ਹੁੰਦੀ ਹੈ ਕਿ ਕੋਈ ਖਾਸ ਕਦੇ ਕੋਈ ਟ੍ਰੀਟਮੈਂਟ ਕੀਤਾ ਹੈਗਾ? ਨਹੀਂ, ਬਚਪਨ ਤੋਂ ਹੀ ਆਈ ਹੈ। ਬਚਪਨ ਤੋਂ ਹੀ ਹੈ। ਅਤੇ ਕਿੰਨਾ ਕੁ ਫਿਰ ਪ੍ਰਾਊਡ ਫੀਲ ਕਰਦੇ ਹੋ ਤੁਸੀਂ ਵੀ ਇੰਨੇ ਅੱਛੇ ਵਾਲ ਨੇ, ਇੰਨੇ ਲੰਬੇ ਵਾਲ ਹੈ, ਹੈ ਨਾ, ਤੁਸੀਂ ਸਾਂਭੇ ਹੋਏ ਨੇ? ਜਿਵੇਂ ਅੱਜ ਕੱਲ੍ਹ ਤਾਂ ਇੱਕ ਟ੍ਰੈਂਡ ਹੈ ਕਿ ਜਿਹੜੇ ਜੱਟਾਂ ਦੇ ਮੁੰਡੇ ਹੁੰਦੇ ਨੇ ਉਹ ਜੂੜਾ ਜਿਹੜਾ ਕਟਾ ਲੈਂਦੇ ਨੇ, ਉਹ ਕਹਿੰਦੇ ਵੀ ਸਾਡੇ ਤੋਂ ਨਹੀਂ ਸੰਭਾਲ ਹੁੰਦੀ, ਸਾਨੂੰ ਗਰਮੀ ਲੱਗਦੀ ਹੈ, ਸਾਨੂੰ ਜ਼ਿਆਦਾ ਭਾਰ ਲੱਗਦਾ ਸਿਰ 'ਤੇ। ਨਹੀਂ ਜੀ, ਇਹਦਾ ਕੋਈ ਉਹ ਹੈ ਨਹੀਂ ਗੀ ਤਕਲੀਫ ਵਗੈਰਾ, ਕਈ ਹੁੰਦੇ ਆ ਵੀ ਫੁੰਸੀਆਂ ਵਗੈਰਾ ਕਹਿ ਦਿੰਦੇ ਆ, ਕੁਛ ਨਹੀਂ ਹੁੰਦਾ ਇਹੋ ਜਿਹੀ ਚੀਜ਼ਾਂ, ਖੁਦ ਸਾਂਭਣਾ ਚਾਹੀਦਾ ਹੁੰਦਾ। ਤੇ ਹੋਰ ਕਿਸੇ ਹੋਰ ਦੋਸਤ ਦੇ ਜਾਂ ਹੋਰ ਪਿੰਡ ਦੇ ਵਿੱਚ ਕਿਸੇ ਬੱਚੇ ਦੇ ਇੰਨੇ ਲੰਬੇ ਵਾਲ ਹੈਗੇ ਨੇ? ਨਹੀਂ। ਅੱਛਾ, ਹੁਣ ਤੁਸੀਂ, ਮੈਂ ਦੇਖ ਰਹੀ ਹਾਂ ਮੋਨੀਟਰ ਲਿਖਿਆ ਹੋਇਆ ਹੈਗਾ, ਤਾਂ ਤੁਸੀਂ ਫਿਰ ਆਪਣੀ ਕਲਾਸ ਦੇ ਮੋਨੀਟਰ ਵੀ ਹੈਗੇ ਉਸ ਵੇਲੇ? ਹਾਂਜੀ। ਮਤਲਬ ਆਲਰਾਊਂਡਰ ਹੈ ਬੱਚਾ ਪੂਰਾ, ਹੈ ਜੀ? ਬਿਲਕੁਲ। ਤਾਂ ਸਾਡੇ ਨਾਲ ਬੱਚੇ ਦੇ ਪਿਤਾ ਜੀ ਵੀ ਮੌਜੂਦ ਨੇ, ਤੁਸੀਂ ਦੱਸੋ ਜੀ ਵੀ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈਗਾ, ਬੱਚੇ ਕੇਸ ਕਟਾ ਦਿੰਦੇ ਨੇ, ਹੈ ਨਾ, ਰੱਖਦੇ ਨਹੀਂ ਹੈਗੇ, ਜੂੜਾ ਨਹੀਂ ਰੱਖਦੇ ਹੈਗੇ, ਔਰ ਖਾਸ ਕਰਕੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਉਦੋਂ ਤਾਂ ਪਹਿਲਾਂ ਕੰਮ ਹੀ ਇਹ ਕਰਦੇ ਨੇ ਵੀ ਅਸੀਂ ਆਪਦਾ ਜੂੜਾ ਕਟਾਈਏ। ਤਾਂ ਤੁਹਾਡੇ ਬੱਚੇ ਦੇ ਕਾਫ਼ੀ ਸੋਹਣੇ ਵਾਲ ਹੈ, ਜਿਹੜੀ ਮੇਨਟੇਨੈਂਸ ਆ ਉਹਨਾਂ ਦੀ ਕਾਫ਼ੀ ਅੱਛੀ ਕੀਤੀ ਹੋਈ ਹੈ, ਤੁਸੀਂ ਇਹਦੇ 'ਤੇ ਕੀ ਕਹਿਣਾ ਚਾਹੋਗੇ? ਜੀ ਮੈਡਮ ਜੀ, ਇਹਨਾਂ ਨੂੰ ਸ਼ੁਰੂ ਤੋਂ ਹੀ ਅਸੀਂ ਇਸ ਲਾਈਨ ਦੇ ਵਿੱਚ ਪਾਇਆ ਜੀ, ਬਚਪਨ ਦੇ ਵਿੱਚ ਇਹਨਾਂ ਜੂੜਾ ਰੱਖਿਆ ਹੋਇਆ, ਕੋਈ ਕੈਂਚੀ ਨਹੀਂ ਲਵਾਈ ਜੀ, ਤੇ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਸੀ ਕੈਂਚੀ ਦੇਖ ਕੇ ਕੀ ਕਰਦੀ ਹੈ? ਕੈਂਚੀ ਦੇਖ ਕੇ ਡਰ ਜਾਂਦੇ ਆ ਜੀ, ਇਹ ਨਫ਼ਰਤ ਮੰਨਦੇ ਆ ਕੈਂਚੀ ਤੋਂ ਜੀ ਇਹ। ਤੇ ਅੱਛਾ, ਬੱਚਾ ਨਫ਼ਰਤ ਮੰਨਦਾ ਕੈਂਚੀ, ਉਹ ਕੈਂਚੀ ਨਫ਼ਰਤ ਮੰਨ ਬੱਚਾ ਜੀ, ਇੱਕ 2 ਸਾਲ ਪਹਿਲਾਂ ਇਹ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਸੀਗੇ ਜੀ, ਰਹਿ ਰਾਸ ਦਾ ਪਾਠ ਕਰਨ ਵੀ 2 ਸਾਲ ਪਹਿਲਾਂ ਲੱਗ ਗਏ ਸੀਗੇ ਜੀ। ਹਾਂਜੀ ਹਾਂਜੀ, ਵੀ ਗੁਰਸਿੱਖੀ ਬਾਰੇ, ਇਹਦੇ ਬਾਰੇ ਵੀ ਇਹਨਾਂ ਨੂੰ ਗਿਆਨ ਹੈਗਾ ਜੀ, ਕਿਉਂ ਸਾਡਾ ਸਾਰਾ ਪਰਿਵਾਰ ਹੀ ਗੁਰਸਿੱਖ ਆ ਜੀ, ਅਤੇ ਉਹਦਾ ਕਰਕੇ ਇਹਨਾਂ ਨੂੰ ਸਾਡੇ ਸਾਰੇ ਬੱਚਿਆਂ ਦੇ ਕੇਸ ਰੱਖੇ ਹੋਏ ਆ ਜੀ। ਅੱਛਾ, ਜਿਹੜੇ ਬੱਚੇ ਰਾਜੇ ਕਟਾ ਲੈਂਦੇ ਨੇ ਜੂੜਾ, ਹੈ ਨਾ, ਕਿਉਂਕਿ ਸਿੱਖੀ ਦੇ ਵਿੱਚ ਤਾਂ ਇਹ ਪਛਾਣ ਹੈ ਇੱਕ, ਹੈ ਨਾ, ਦਸਤਾਰ ਬੰਨਣੀ ਆ, ਜੂੜਾ ਹੋਣਾ, ਕੇਸ ਰੱਖਣੇ, ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਦੇਖੋ ਉਪਦੇਸ਼ ਦਿੱਤਾ ਸੀਗਾ ਕਿ ਕੇਸ ਰੱਖਣੇ ਹੈ, ਅਤੇ ਜਿਵੇਂ ਜੂੜਾ ਕਟਾ ਲੈਂਦੇ ਫਿਰ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਜੀ, ਮੇਰੀ ਕਲਾਸ 'ਚ ਵੀ ਹੈਗਾ ਇੱਕ ਬੱਚਾ, ਉਹਨੇ ਵੀ 4th ਕਲਾਸ 'ਚ ਕਟਾਤੇ ਸੀਗੇ, ਹੁਣ ਵੀ ਮੇਰੇ ਨਾਲ ਹੈ 8th 'ਚ, ਅਤੇ ਹੁਣ ਉਹਨੇ ਦੁਬਾਰਾ ਤੋਂ ਰੱਖ ਲਏ, ਅਤੇ ਹੁਣ ਅੰਮ੍ਰਿਤ ਵੀ ਛਕ ਲਿਆ, ਵੀ ਉਹਦਾ ਹੁਣ ਕੀ ਕਹਿ ਸਕਦੇ ਹਾਂ, ਵੀ ਕਦੇ ਕਟਾ ਲੈਂਦੇ ਆ ਕਦੇ। ਤੁਸੀਂ ਇਨਸਪਾਇਰ ਕੀਤਾ ਉਹਨਾਂ ਨੂੰ? ਹਾਂਜੀ, ਤੁਸੀਂ ਮੋਟੀਵੇਟ ਕੀਤਾ ਸੀਗਾ ਵੀ ਨਹੀਂ ਬਾਲ ਰੱਖਣੇ ਚਾਹੀਦੇ ਆ? ਹਾਂਜੀ। ਓਕੇ ਜੀ, ਆਲ ਦਾ ਵੈਰੀ ਬੈਸਟ। ਅੱਛਾ, ਅੱਗੇ ਤੁਸੀਂ ਕਹਿੰਦੇ ਸੀ ਵੀ ਤੁਹਾਡਾ ਮਨ ਹੈ ਕਿ ਗਿਨੀਜ਼ ਵਰਲਡ ਬੁੱਕ ਦੇ ਵਿੱਚ ਤੁਹਾਡਾ ਨਾਮ ਦਰਜ ਹੋਵੇ, ਹੈ ਨਾ? ਹਾਂਜੀ। ਤਾਂ ਫਿਰ ਉਹਦੇ ਲਈ ਫਿਰ ਅਪਲਾਈ ਵਗੈਰਾ ਕਰਤਾ ਜਾਂ ਹਜੇ ਕਰਨਾ ਹੈ? ਕਦੋਂ ਕਰਨਾ? ਕਰਨਾ ਹਜੇ, ਹਜੇ ਕਰਨਾ ਹੈ। ਤਾਂ ਕੀ ਲੱਗਦਾ ਫਿਰ ਹੋ ਜੂਗਾ ਨਾਮ ਦਰਜ? ਹਾਂਜੀ। ਹੋਰ ਵਧਣਗੇ ਤਾਂ ਬਾਲ ਵਧਾਈ ਵਧਾਓਗੇ ਹੋਰ ਵੀ? ਹਾਂਜੀ, ਠੀਕ ਹੈ। ਥੈਂਕ ਯੂ ਸੋ ਮਚ ਗੱਲਬਾਤ ਕਰਨ ਲਈ। ਸਾਡੇ ਨਾਲ ਇਹ ਛੋਟਾ ਜਿਹਾ ਬੱਚਾ ਸੀ ਜਿਹਦੀ ਮਹਿਜ਼ 14 ਸਾਲ ਦੀ ਉਮਰ ਹੈ, ਔਰ ਬਠਿੰਡਾ ਦੇ ਤੁੰਗਵਾਲੀ ਪਿੰਡ ਤੋਂ ਬਿਲੋਂਗ ਕਰਦੇ ਆ, ਔਰ ਤੁਸੀਂ ਦੇਖਿਆ ਕਿ ਕਿੰਨੇ ਸੋਹਣੇ ਜਿਹੜੇ ਵਾਲ ਇਹਨਾਂ ਨੇ ਮੇਨਟੇਨ ਕੀਤੇ ਹੋਏ ਨੇ, ਔਰ ਜਿਹੜੇ ਵਾਲ ਨੇ ਉਹ 56 ਇੰਚੀ ਇਹ ਦੱਸਦੇ ਨੇ, ਔਰ ਅਸੀਂ ਜਿਹੜਾ ਹੈਗਾ ਕੈਮਰੇ ਦੇ ਸਾਹਮਣੇ ਵੀ ਮੇਜਰਮੈਂਟ ਕੀਤਾ ਟੇਪ ਦੇ ਨਾਲ ਕਿ ਵਾਕਈ 56 ਇੰਚੀ ਵਾਲ ਹੈ ਜਾਂ ਨਹੀਂ ਹੈ। ਤਾਂ ਇਸ ਬੱਚੇ ਦਾ ਇਹ ਸੁਪਨਾ ਹੈ ਕਿ ਗਿਨੀਜ਼ ਵਰਲਡ ਬੁੱਕ ਰਿਕਾਰਡ ਦੇ ਵਿੱਚ ਜਿਹੜਾ ਹੈਗਾ ਇਸ ਬੱਚੇ ਦਾ ਨਾਮ ਦਰਜ ਹੋਵੇ। ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਬੱਚੇ ਦਾ ਇੰਨੇ ਘਣੇ ਅਤੇ ਇੰਨੇ ਸੋਹਣੇ ਵਾਲ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ, ਔਰ ਜਿਹੜਾ ਅੱਜ ਕੱਲ੍ਹ
ਟ੍ਰੈਂਡ ਚੱਲਿਆ ਹੋਇਆ ਕਿ ਛੋਟੇ ਛੋਟੇ ਬੱਚੇ ਜੂੜਾ ਕਟਾ ਲੈਂਦੇ ਨੇ ਔਰ ਜਿਹੜੀ ਇੱਕ ਸਿੱਖੀ ਦੀ ਪਹਿਚਾਣ ਹੈ ਉਸ ਤੋਂ ਜਿਹੜਾ ਹੈਗਾ ਉਹ ਦੂਰ ਹੋ ਰਹੇ ਨੇ, ਤਾਂ ਇਹਦੇ 'ਤੇ ਤੁਹਾਡੀ ਕੀ ਰਾਏ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਧੰਨਵਾਦ।